दर्शको पंजाब प्लस चैनल ते तुहाडा स्वागत है। अज असीं आए हां पनेसर। सेवा ही करन दे गुरुद्वारे विच तकरीबन मशीनां लगियां इन्हां दीआं ते इक साल दी सेवा ही करन दे कोई इन्ना प्राउड प्रूड वाले बने नहीं जांदे। दर्शकों पंजाब प्लस चैनल ते तुहाडा स्वागत है। अज असीं आए हां पनेसर, एक ऐसा नाम जिन्हां ने राइस मिलर्स नूं एक मशीनरी दी जिहड़ी सप्लाई करनी हैगी आ उह करदे ने, और जिन्नियां रोटी बनाउण वाली मशीनां तकरीबन महापुरखां दे सारां दी तकरीबन इन्हां दीआं मशीनां चल रहियां ने, और उहदे मगर जिहड़ा सारा खून डुल्लिया उह आपां देख सकदे कि इन्हां वीरां दा जिन्हां ने मेहनत कीती हैगी इत्थे सेवा करदे ने इत्थे, और बजुर्ग जिहड़े जिन्हां ने हमेशा ਲੋਕਾਂ ਨੂੰ ਇੱਕ ਨਵੀਂ ਜ਼ਿੰਦਗੀ ਦਿੱਤੀ ਹੈਗੀ ਆ, ਬਹੁਤ ਵਧੀਆ ਮਿਹਨਤਾਂ ਕੀਤੀਆਂ ਹੈਗੀਆਂ, ਘਾਲਣਾ ਘਾਲੀਆਂ ਹੈਗੀਆਂ। ਗੱਲ ਕਰ ਰਹੇ ਇੱਥੋਂ ਦੇ ਵੀਰ ਜੀ ਦੇ ਨਾਲ ਜਿਹੜੇ ਇੱਥੇ ਸੇਵਾ ਦੇ ਰਹੇ ਨੇ। ਵੀਰ ਜੀ ਸਵਾਗਤ ਆ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ ਕੀ ਕਹਿਣਾ ਚਾਹੋਗੇ ਕਿ ਇਹ ਇੱਕ ਐਸੀ ਫੈਮਿਲੀ ਜਿਹਨੇ ਹਮੇਸ਼ਾ ਕਦੇ ਮਗਰ ਮੁੜ ਕੇ ਨਹੀਂ ਦੇਖਿਆ, ਜਿਸ ਦਿਨ ਦਾ ਇਹਨਾਂ ਨੇ ਕੰਮ ਸ਼ੁਰੂ ਕੀਤਾ ਕੋਈ ਨਾ ਕੋਈ ਨਵੀਂ ਚੀਜ਼ ਨਵੀਆਂ ਉਹਦੇ 'ਚ ਇਨਵੈਂਸ਼ਨਸ ਕਰਦੇ ਰਹਿੰਦੇ ਆ। ਹਾਂਜੀ ਜੀ, ਇੱਥੇ ਰੋਟੀਆਂ ਬਣਾਉਣ ਵਾਲੀਆਂ ਮਸ਼ੀਨਾਂ ਤਕਰੀਬਨ ਹਰ ਇੱਕ ਗੁਰਦੁਆਰੇ ਵਿੱਚ ਆਪਣੀਆਂ ਮਸ਼ੀਨਾਂ ਗਈਆਂ ਹੋਈਆਂ ਨੇ, ਬਹੁਤ ਵਧੀਆ ਚੱਲਦੀਆਂ, ਅਤੇ ਆਟਾ ਗੁੰਨਣ ਵਾਲੀਆਂ ਹੋਈਆਂ, ਹੋਰ ਵੀ ਰਾਈਸ ਮਿਲ ਦਾ ਕੰਮ ਵੀ ਚੱਲਦਾ ਇੱਥੇ, ਤਾਂ ਮਸ਼ੀਨ ਬਹੁਤ ਵਧੀਆ ਕੰਮ ਦੇ ਰਹੀ ਆ। ਪਰ ਸਭ ਤੋਂ ਵੱਡੀ ਗੱਲ ਕਿ ਪਨੇਸਰ ਭਰਾਵਾਂ ਨੇ ਆਪਦੇ ਪੈਰ ਨਹੀਂ ਛੱਡੇ, ਉਹ ਸਿੰਪਲ ਬੰਦੇ ਨੇ, ਉਵੇਂ ਹੀ ਮਿਲਦੇ ਨੇ ਲੋਕਾਂ ਨੂੰ, ਉਵੇਂ ਹੀ ਪਿਆਰ ਕਰਦੇ ਨੇ, ਔਰ ਫੋਰਮ ਦੇ ਵਿੱਚੋਂ ਇੰਨਾ ਜ਼ਿਆਦਾ ਆਰਡਰ ਆਉਂਦੇ ਆ ਕਿਉਂਕਿ ਐਨ ਆਰ ਆਈ ਵੀਰ ਬਹੁਤ ਜੁੜੇ ਹੋਏ ਆ, ਉਹ ਕਹਿੰਦੇ ਵੀ ਬਾਈ ਇਸ ਗੁਰਦੁਆਰੇ 'ਚ ਵੀ ਲਾ ਦਿਉ, ਇਸ 'ਚ ਵੀ ਲਾ ਦਿਉ, ਜਿਹੜਾ ਬੰਦਾ ਇੱਕ ਵਾਰੀ ਲਵਾ ਲੈਂਦਾ ਕਿਉਂਕਿ ਸਾਫ਼ ਸੁਥਰਾ ਕੰਮ ਹੈਗਾ ਔਰ ਮਸ਼ੀਨਾਂ ਦਾ ਕੰਮ ਵਧੀਆ ਉਹਦੇ ਕਰਕੇ, ਔਰ ਪਨੇਸਰਾਂ ਨੇ ਕਦੇ ਵੀ ਸਮਝੌਤਾ ਨਹੀਂ ਕੀਤਾ ਮਟੀਰੀਅਲ ਦੇ ਵਿੱਚ, ਹਾਲਾਂਕਿ ਕੰਪੀਟੀਸ਼ਨ ਵਧੀਆ ਆਉਂਦੇ ਆ ਲੇਕਿਨ ਪਨੇਸਰਾਂ ਨੇ ਹਮੇਸ਼ਾ ਵਧੀਆ ਚੀਜ਼ ਦਿੱਤੀ ਆ ਲੋਕਾਂ ਨੂੰ। ਉਹ ਦੇ ਇੱਕ ਹਿਸਾਬ ਦੀ ਸੇਵਾ ਹੀ ਕਰਨ ਡੇ ਆ ਜੀ, ਸੇਵਾ ਹੀ ਕਰਨ ਡੇ। ਗੁਰਦੁਆਰਿਆਂ ਵਿੱਚ ਤਕਰੀਬਨ ਮਸ਼ੀਨਾਂ ਲੱਗੀਆਂ ਇਹਨਾਂ ਦੀਆਂ, ਅਤੇ ਇੱਕ ਹਿਸਾਬ ਦੀ ਸੇਵਾ ਹੀ ਕਰਨ ਡੇ, ਕੋਈ ਇਹਨਾਂ ਪਰੌਟ ਪਰੂਟ ਵਾਲੇ ਬੰਨੇ ਨਹੀਂ ਜਾਂਦੇ। ਬਾਈ ਜੀ ਕੀ ਕਹਿਣਾ ਚਾਹੋ, ਕਿੰਨੇ ਸਾਲਾਂ ਦੇ ਤੁਸੀਂ ਅਟੈਚ ਆ ਇਹਨਾਂ ਨਾਲ? ਮੈਂ ਜੀ ਘੱਟ ਤੋਂ ਘੱਟ 35-30 ਸਾਲ ਦਾ ਅਟੈਚ ਹਾਂ। ਆਪਾਂ ਦੇਖ ਸਕਦੇ ਕਿ ਜਿਹੜਾ ਬੰਦਾ ਇੱਕ ਵਾਰੀ ਜੁੜ ਗਿਆ ਇਹਨਾਂ ਨਾਲ ਕੋਕਫੈਕਸ ਵਾਂਗੂ ਜੁੜ ਗਿਆ 30-35 ਸਾਲਾਂ ਦੇ। ਦੇਖੋ ਬਾਈ ਜੀ 35 ਸਾਲਾਂ ਦਾ ਆਪਦਾ ਲੰਬਾ ਸਫ਼ਰ ਇਹਨਾਂ ਦੇ ਨਾਲ ਗੁਜ਼ਾਰਿਆ, ਕੀ ਕਹਿਣਾ ਚਾਹੋਗੇ? ਚਾਹੇ ਕਰੋਨਾ ਦਾ ਔਖਾ ਸਮਾਂ ਆਇਆ, ਹੋਰ ਆਇਆ, ਇਹਨਾਂ ਨੇ ਕਦੇ ਆਪਣੇ ਮੁਲਾਜ਼ਮ ਨਹੀਂ ਘਟਾਏ ਗਏ ਔਰ ਹਮੇਸ਼ਾ ਪਿਆਰ ਹੀ ਕੀਤਾ। ਜੀ ਵੇਖੋ ਜੀ, ਕਰੋਨਾ ਦੇ ਵਿੱਚ ਇਹਨਾਂ ਸਾਰੀਆਂ ਸਹੂਲਤਾਂ ਦਿੱਤੀਆਂ, ਇੱਥੋਂ ਤੱਕ ਵੀ ਆ ਵੀ ਜੇ ਰਾਈਸ ਮਿਲ ਇਹਨਾਂ ਨੇ ਲਾਈ ਆ, ਰੋਟੀ ਚਪਾਤੀ ਵਾਲੀ ਮਸ਼ੀਨ ਲਾਈ ਆ, ਲੋਕਾਂ ਨੂੰ ਸੋ ਲੋਕਡਾਊਨ ਦੇ ਵਿੱਚ ਇਹਨਾਂ ਰੋਟੀ ਸਪਲਾਈ ਕੀਤੀ ਆ, ਮਗਰ ਉਹ ਕੰਮ ਕੀਤਾ ਵਾ ਜਿਹੜਾ ਮਗਰ ਦੁਨੀਆ ਦੇ ਵਿੱਚ ਮਗਰ ਔਖੇ ਤੋਂ ਔਖਾ ਜਿਹੜਾ ਕੰਮ ਹੈ ਇਹਨਾਂ ਨੇ ਕੱਢਿਆ। ਕਿਉਂ ਗੁਰਦੁਆਰਿਆਂ ਵਿੱਚ ਵੇਖੋ ਵੀ ਇੰਨੀ ਸੰਗਤ ਆਉਂਦੀ ਆ, ਵੀ ਹੁਣ ਹੱਥ ਦੇ ਨਾਲ ਤਾਂ ਜੇ ਚੁੱਲ੍ਹੇ ਨਾਲ ਤਾਂ ਰੋਟੀਆਂ ਲੈ ਨਹੀਂ ਸਕਦੀਆਂ ਇਹਨਾਂ ਨੇ, ਉਹ ਇਹਨਾਂ ਨੇ ਕਾਰਡ ਕੱਢੀ ਆ ਮਗਰ ਜਿਹੜੀ ਮਸ਼ੀਨ ਜਿਹੜੀ ਆ ਗੁਰਦੁਆਰੇ ਲੱਗੇ, ਹਰ ਇੱਕ ਸਾਧ ਸੰਗਤ ਜਿਹੜੀ ਆਣ ਕੇ ਪ੍ਰਸ਼ਾਦਾ ਛਕਣ। ਵੀਰ ਜੀ ਕਿੰਨੇ ਚਿਰ ਦੇ ਤੁਸੀਂ ਅਟੈਚ ਆ ਇਹਨਾਂ ਨਾਲ? 20 ਸਾਲ ਹੋ ਚੱਲੇ ਨਾ ਭਰਾ। ਆਪਾਂ ਦੇਖ ਸਕਦੇ 20 ਸਾਲ ਵਾਲੇ ਵੀਰ ਜੀ। ਵੀਰ ਜੀ ਕੀ ਕਹਿਣਾ ਚਾਹੋਗੇ ਕਿ ਪਨੇਸਰ ਭਰਾ ਜਿਹੜੇ ਸਾਰੇ ਨੇ ਉਹਨਾਂ ਦਾ ਪ੍ਰੇਮ, ਉਹਨਾਂ ਨੇ ਗਾਹਲੀਆਂ ਪੀੜ੍ਹੀਆਂ ਵੀ ਆ ਗਈਆਂ ਲੇਕਿਨ ਉਹਨਾਂ ਨੇ ਪ੍ਰੇਮ ਨਹੀਂ ਛੱਡਿਆ ਔਰ ਬਹੁਤ ਨਿਮਾਣੇ ਸੱਜਣ ਬਣ ਕੇ, ਨਿਮਾਣੇ ਸਿੱਖ ਬਣ ਕੇ ਸੇਵਾ ਕੀਤੀ? ਇਹ ਵਰਕਰਾਂ ਨੂੰ ਆਪਣੇ ਭਰਾ ਹੀ ਸਮਝਦੇ ਆ, ਅਤੇ ਤੁਹਾਡਾ ਵੀ ਦਿਲ ਲੱਗਦਾ ਫਿਰ? ਸਾਡਾ ਵੀ ਮਨ ਲੱਗਦਾ ਵੀ ਜੇ ਇਹਨੇ 20-25-30 ਸਾਲ ਹੋਏ ਬੰਦਿਆਂ ਟਿਕਿਆਂ ਨੂੰ, ਇਹਨਾਂ ਨੂੰ ਭਰਾਵਾਂ ਵਰਗੂ ਸਮਝਦਾ ਵੀ ਸਾਰਿਆਂ ਨੇ ਸਮਝੌਤਾ ਨਾਲ ਚੱਲਦੇ ਆ। ਬਾਪੂ ਜੀ ਕੀ ਕਹਿਣਾ ਚਾਹੋ, ਕਦੋਂ ਦੇ ਜੁੜੇ? ਇਹ ਸਾਨੂੰ 30 ਸਾਲ ਹੋ ਗਏ ਆ, ਇੱਕ ਬੰਦਾ ਸਾਡਾ ਆਇਆ ਉਹਨੂੰ 40 ਸਾਲ ਹੋ ਗਏ, ਸਾਰੀ ਉਮਰ ਹੀ ਲੰਘ ਗਈ, ਉਹ ਆਵਾਜ਼ ਮਾਰੋ ਇੱਥੇ ਖਲੋ ਗਏ, ਆਵਾਜ਼ ਮਾਰ ਕੋਲੋਂ, ਅਤੇ ਬਾਕੀ ਬਹੁਤ ਵਧੀਆ ਚੱਲ ਰਿਹਾ, ਰੋਟੀ ਪਾਣੀ ਚੱਲ ਰਿਹਾ ਠੀਕ ਠਾਕ। 25 ਸਾਲ ਤਾਂ ਮੈਨੂੰ ਵੀ ਹੋ ਗਏ ਇੱਥੇ। ਆਪਾਂ ਦੇਖ ਸਕਦੇ ਹਾਂ ਕਿ 20-25-30 ਸਾਲਾਂ ਦੇ ਪੁਰਾਣੇ ਜਿਹੜੇ ਹੈਗੇ ਆ, ਜਿਹੜੇ ਮੁਲਾਜ਼ਮਾਂ ਨੂੰ ਇੰਨਾ ਜ਼ਿਆਦਾ ਪਿਆਰ ਕਰ ਰਹੇ ਆ, ਅਤੇ ਉਹ ਤਾਂ ਆਪਾਂ ਦੇਖ ਸਕਦੇ ਲੋਕਾਂ ਨੂੰ ਲਕਾਈ ਨੂੰ ਕਿੰਨਾ ਪਿਆਰ ਕਰਦੇ ਹੋਣਗੇ, ਉਹ ਪਰਿਵਾਰ ਹੈ ਇਹ ਪਨੇਸਰਾਂ ਦਾ ਜਿਹੜੇ ਸੇਵਾ ਦੇ ਪੁੰਜ ਬਣ ਕੇ ਸੇਵਾ ਕਰ ਰਹੇ। ਸਾਰੀ ਮਸ਼ੀਨਰੀ ਵੀ ਦਿਖਾਵਾਂਗੇ ਤੁਹਾਨੂੰ ਅਸੀਂ ਦਰਸ਼ਕੋ, ਵੀਰ ਜੀ ਔਰ ਦਿਖਾਉਣਗੇ ਕਿਵੇਂ ਇਹ ਜਿਹੜੀ ਹੈਗੀਆਂ ਸ਼ੈਲਰ ਦੀਆਂ, ਜਿਹੜੀ ਆਪਾਂ ਦੇਖਦੇ ਐਡੇ ਐਡੇ ਵੱਡੇ ਚੌਲ ਨਿਕਲ ਰਹੇ ਨੇ, ਉਹ ਸ਼ੈਲਰ ਦੀਆਂ ਮਸ਼ੀਨਾਂ ਔਰ ਰੋਟੀ ਦੀਆਂ ਮਸ਼ੀਨਾਂ, ਜਿਹੜੇ ਰੋਟੀਆਂ ਪੱਕ ਕੇ ਅੱਜ ਲੰਗਰਾਂ ਦੇ ਵਿੱਚ ਸਾਰੇ ਹਜ਼ਾਰਾਂ ਲੋਕ ਜਿਹੜੇ ਆ ਲੰਗਰ ਛਕਦੇ ਨੇ, ਬਾਈ ਜੀ ਤੁਹਾਡਾ ਸਾਰਿਆਂ ਦਾ ਧੰਨਵਾਦ ਆ, ਔਰ ਉਹ ਅਸੀਂ ਚਾਹਾਂਗੇ 40 ਸਾਲ ਵਾਲਾ ਵੀ ਬਾਈ ਆ ਜਾਵੇ। ਮੱਸਿਆ ਦੇ ਲੰਗਰ ਲਾਉਂਦੇ ਆ, ਅਤੇ ਮੇਨ ਸੜਕ ਵਾ ਜਿਹੜੀ ਆਪਣੀ ਬਹੁਤ ਆਵਾਜਾਈ ਆ, ਇਹ ਮੇਨ ਸੜਕ 'ਤੇ ਲੰਗਰ ਲਾਉਣਾ ਕੋਈ ਛੋਟੀ ਜਿਹੀ ਗੱਲ ਨਹੀਂ ਹੈਗੀ। ਲੰਗਰ 9 ਵਜੇ ਤੋਂ ਸ਼ੁਰੂ ਕਰ ਦਿੰਦੇ ਆ, 9 ਵਜੇ ਤੋਂ ਕੋਈ ਲੰਗਰ ਨਹੀਂ ਸ਼ੁਰੂ ਹੁੰਦਾ, 9 ਵਜੇ ਤੋਂ ਸ਼ੁਰੂ ਕਰ ਦਿੰਦੇ ਆ, 3-3:30 ਵੱਜ ਜਾਂਦੇ ਆ, ਅਤੇ ਹਰ ਕੋਈ ਚੀਜ਼ ਬਹੁਤ ਹੀ ਵਧੀਆ ਬਣਾਉਂਦੇ ਆ, ਅਤੇ ਬਣਾਉਂਦੇ ਵੀ ਸਾਰੇ ਆਪ ਹੀ ਰਲ ਮਿਲ ਕੇ ਹੀ ਆ, ਸਾਰੇ ਮਤਲਬ ਵਰਕਰ ਵੀ ਨਾਲ, ਵਰਕਰ ਵੀ ਨਾਲ ਲੱਗਦੇ ਆ, ਸਾਰੇ ਮਦਦ ਨਾਲ ਹੀ। ਕਿੰਨਾ ਚਿਰ ਹੋ ਗਿਆ ਤੁਹਾਨੂੰ ਕੰਮ ਕਰਦਿਆਂ ਨੂੰ? ਮੈਨੂੰ 25 ਸਾਲ ਹੋ ਚੱਲੇ। 25 ਸਾਲ ਹੋ ਗਏ ਬਾਈ ਜੀ ਨੂੰ ਵੀ ਪਨੇਸਰਾਂ ਦੇ ਨਾਲ, ਕੀ ਕਹਿਣਾ ਚਾਹੋਗੇ, ਕਿਵੇਂ ਤੁਹਾਡਾ ਮਨ ਖੁਸ਼ ਹੈ ਇਹਨਾਂ ਦੇ ਨਾਲ?
ਖੁਸ਼ੀ ਆ ਕੇ ਜਿੰਨਾ ਚਿਰ ਲੰਘ ਗਈ ਹੁਣ ਤਾਂ ਉਮਰ ਤਾਂ ਸਾਰੀ ਲੰਘ ਗਈ ਆ ਹੁਣ ਤਾਂ ਰਿਟਾਇਰ ਹੋਣ ਵਾਲੇ ਹਾਂ ਤੇ ਉਹ ਕਰਦੇ ਨਹੀਂ ਰਿਟਾਇਰ ਨਹੀਂ ਛੱਡਦੇ ਨਹੀਂ ਗੇ ਛੱਡਦੇ ਨਹੀਂ ਵਰਕਰਾਂ ਨੂੰ ਛੱਡਦੇ ਨਹੀਂ ਅਜੇ ਜੁੜ ਰਹੇ ਆ ਬਾਈ ਜੀ ਸਤਿ ਸ੍ਰੀ ਅਕਾਲ 40 ਸਾਲ ਤੋਂ ਪੁਰਾਣੇ ਤੁਸੀਂ ਪ੍ਰੈਸਰਾਂ ਨਾਲ ਜੁੜੇ ਆ 45 ਸਾਲਾਂ ਤੋਂ ਕੀ ਕਹਿਣਾ ਚਾਹੋਗੇ ਠੀਕ ਚੱਲਦਾ ਸਾਡਾ ਕਿੰਨੇ ਸਾਲਾਂ ਦੇ ਤੁਸੀਂ ਜੁੜੇ ਇਹਨਾਂ ਨਾਲ 76 ਦੇ 1976 ਸਾਲ ਦੇ ਅਸੀਂ ਦੇਖ ਸਕਦੇ 50 ਸਾਲ ਹੋਣ ਵਾਲੇ ਆ ਬਾਈ 49 ਸਾਲ 48 ਸਾਲ ਹੋ ਗਏ ਨੇ ਬਾਈ ਜੀ ਨੇ ਜੁੜੇ ਨੂੰ ਬਾਈ ਕੀ ਕਹਿਣਾ ਚਾਹੇਗਾ ਉਹਨਾਂ ਹੀ ਪਿਆਰ ਪਹਿਲੇ ਦਿਨ ਚਿੰਗ ਨੇ ਹਾਂਜੀ ਪਿਆਰ ਉਹਨਾਂ ਹੀ ਭਾਰਾਂ ਨੂੰ ਸਮਝਦੇ ਆ ਗਏ ਬਿਲਕੁਲ ਹਾਂਜੀ 1000 ਰੋਟੀ ਇੱਕ ਘੰਟੇ ਦੀ 3000 ਰੋਟੀ ਇੱਥੇ ਬਣਦੀ ਆ ਇੱਕ ਸਿਲੰਡਰ 3000 ਰੋਟੀ ਦੇ ਨਿਕਲ ਜਾਂਦੀ ਇੱਥੇ ਇਹ ਤਿੰਨ ਸਟੇਜਾਂ 'ਚ ਰੋਟੀ ਆਉਂਦੀ ਆ ਪਹਿਲੀ ਸਟੇਜ 'ਚ ਰੋਟੀ ਆਇਓ ਫਿਰ ਆਇਓ ਤੀਜੀ ਸਟੇਜ 'ਚ ਰੋਟੀ ਬਾਹਰ ਨਿਕਲ ਜਾਂਦੀ ਆ ਘੰਟੇ 'ਚ 3000 ਰੋਟੀ ਇਹਦੀ ਉਹ ਚਾਟਾ ਪਾ ਕੇ ਗੁੰਨ ਕੇ ਆਟਾ ਪਾਉਣਾ ਇੱਥੇ ਪੀੜਾ ਕੱਟਣਾ ਇੱਥੇ ਧੂੜਾ ਲੱਗਣਾ ਇੱਥੇ ਨਾਨ ਬਣ ਜਾਣਾ ਦੋ ਪ੍ਰਸ਼ਾਦੇ ਹੋਣੇ ਇਹਦੇ 'ਚ ਦੋ ਪ੍ਰਸ਼ਾਦੇ ਹੋਣੇ ਆ ਤਿੰਨਾਂ ਬਰਨਰ ਨੀਚੇ ਲੱਗੇ ਹੋਏ ਆ ਚਾਰ ਬਰਨਰ ਲੱਗੇ ਦੋ ਬਰਨਰ ਉੱਪਰ ਰੋਟੀ ਪੂਣੀ ਆ ਕੋ ਫਲਾ ਦੇਣੀ ਆ ਲਾ ਕੇ ਇੱਥੇ ਬਾਹਰ ਦੇ ਇੱਥੇ ਰੋਟੀ ਬਾਹਰ ਡਿੱਗ ਪੈਣੀ ਇੱਥੇ ਮੇਲਿਆ ਪੇਟੀ ਦੀ ਚੋਰਾਂ ਦੀ ਵਰਾਇਟੀ ਕੱਢਣ ਵਾਸਤੇ 00 ਵਾਸਤੇ ਇਹ ਰਾਈਟ ਮੇਲਿਆ ਜੇ 'ਚ ਮਤਲਬ ਝੋਨੇ 'ਚੋਂ ਜਿਹੜਾ ਗੰਦ ਕੱਢਣ ਵਾਸਤੇ ਆਹ ਚੀਜ਼ ਆ ਝੋਨੇ 'ਚੋਂ ਗੰਦ ਕੱਢਣ ਵਾਸਤੇ ਜਿਸ ਤਰ੍ਹਾਂ ਗੰਦ ਮਾਲ ਹੋ ਗਿਆ ਲਿਫਾਫੇ ਲਫੂਫੇ ਹੋ ਗਏ ਜਿਸ ਤਰ੍ਹਾਂ ਸੇਬੇ ਸੂਬੇ ਹੋ ਗਏ ਸਫਾਈ ਕਰਨ ਵਾਸਤੇ ਸਾਰਾ ਇਹ ਪੈਟੀ ਕਲੀਨਰ ਇਹਦੇ ਵਿੱਚੋਂ ਜਿਸ ਤਰ੍ਹਾਂ ਛਿਲਕੇ ਜਿਹੜੇ ਆ ਐਂ ਦੀ ਬਾਹਰ ਨਿਕਲ ਜਾਣੇ ਆ ਬਾਕੀ ਵਰਾਇਟੀ ਜਿਹੜੀ ਆ ਚੌਲਾਂ ਦੀ ਉੱਧਰ ਥੱਲੇ ਡੇ ਪੈਣੀ ਆ ਥੱਲੇ ਇਹਦੇ ਪੇਟੀ ਲੱਗਦੀ ਉਹਦੇ ਨਾਲ ਦੀ ਠੀਕ ਨਾ ਸਾਡੀ ਇੱਕ ਇੱਥੇ 50 ਕਿਲੋ ਆਟਾ ਗੁੱਝ ਜਾਂਦਾ 10 ਮਿੰਟ 'ਚ 50 ਕਿਲੋ ਆਟਾ ਗੁੰਨ ਦਿੰਦਾ ਇੱਥੋਂ ਗੁੱਝ ਕੇ ਆਟਾ ਫਿਰ ਉਹਦੇ ਵਿੱਚ ਪਾਉਣਾ ਪੈਂਦਾ ਸਾਨੂੰ 50 ਕਿਲੋ ਆਟਾ ਇੱਕ ਘੰਟੇ ਇੱਕ 10 ਮਿੰਟ 'ਚ ਇਹ ਚੱਲਦਾ ਖਰਾਦ ਇਹ ਜਿੰਨੀ ਸੈਲਰ ਦੀ ਅਤੇ ਰੋਟੀਆਂ ਵਾਲੀ ਦੀ ਮਸ਼ੀਨ ਦੀ ਮਸ਼ੀਨਰੀ ਆ ਸਾਰੀ ਇਹਨਾਂ ਖਰਾਦਾਂ 'ਤੇ ਬਣਦੀ ਆ ਇਹ ਸਾਡਾ ਖਰਾਦਾਂ ਵਾਲਾ ਮਕੈਨਿਕ ਆ ਮਿਸਤਰੀ ਸਾਡਾ ਨਾਲ ਸਾਰੀਆਂ ਖਰਾਦਾਂ ਵਾਲੀਆਂ ਇਹਦੇ ਉੱਤੇ ਬਣਦੀ ਦੂਜੀ ਜਿੰਨੀ ਰੋਟੀ ਵਾਲੀ ਮਸ਼ੀਨਰੀ ਅਤੇ ਸੈਲਰ ਦੀ ਮਸ਼ੀਨਰੀ ਸਾਰੀ ਇਹਦੇ ਉੱਤੇ ਬਣਦੀ ਆ